इंसानियत शर्मसार 85 साल बुजुर्ग नु बनाया गया हवस का शिकार। पहला कीता दुष्कर्म फिर ब्लेड दे नाल बट दिते बुजुर्ग दे बुल। ये पूरा मामला देखो इस खास रिपोर्ट दे विच। ਤੁਸੀਂ ਵੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਮੈਂ ਹਾਂ ਗਰਿਮਾ। ਦੱਸਦੀਏ ਬੇਹੱਦ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਾਸੇ ਦੇਸ਼ ਭਰ ਦੇ ਵਿੱਚ G20 ਸੰਮੇਲਨ ਨੂੰ ਲੈ ਕੇ ਕਹਿ ਲਈਏ ਸੁਰੱਖਿਆ ਪ੍ਰਬੰਧ ਦੇਖੇ ਜਾ ਰਹੇ ਨੇ, ਤਿਆਰੀਆਂ ਖਾਸ ਕੀਤੀਆਂ ਜਾ ਰਹੀਆਂ ਕਿਉਂਕਿ ਵਿਦੇਸ਼ਾਂ ਤੋਂ ਸਾਡੇ ਦੇਸ਼ ਦੇ ਵਿੱਚ ਕਹਿ ਲਈਏ ਮੰਤਰੀ ਤੋਂ ਲੈ ਕੇ ਮੁੱਖ ਮੰਤਰੀਆਂ ਨੇ ਆਉਣਾ ਹੈ, ਸਪੈਸ਼ਲ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ। ਪਰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਦਿਲ ਦਹਿਲਾਉਣ ਦੇਣ ਵਾਲੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਜੀ ਹਾਂ, ਦੱਸ ਦਈਏ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ 85 ਸਾਲਾ ਬਜ਼ੁਰਗ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਦੱਸ ਦਈਏ 85 ਸਾਲਾ ਬਜ਼ੁਰਗ ਅੰਮਾ ਦੇ ਘਰ ਵੜ ਕੇ ਪਹਿਲਾਂ ਤਾਂ ਉਸੇ ਨਾਲ ਦੁਸ਼ਕਰਮ ਕੀਤਾ ਜਾਂਦਾ ਹੈ ਤਾਂ ਜੋ ਅੰਮਾ ਉਸ ਵਿਅਕਤੀ ਦੇ ਬਾਰੇ ਕੁਝ ਦੱਸ ਨਾ ਸਕੇ, ਉਸ ਅੰਮਾ ਦੇ ਕਹਿ ਲਈਏ ਬੁੱਲ ਵੜ ਦਿੱਤੇ ਜਾਂਦੇ ਆ। ਬੇਹੱਦ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਾਸੇ 5 ਮਹੀਨੇ ਦੀ ਬੱਚੀ ਤੋਂ ਲੈ ਕੇ 85 ਸਾਲਾ ਕਹਿ ਲਈਏ ਬਜ਼ੁਰਗ ਦੇ ਨਾਲ ਅਜਿਹਾ ਦੁਸ਼ਕਰਮ ਕਰਨ ਦੇ ਮਾਮਲੇ ਰੁਕ ਨਹੀਂ ਰਹੇ। ਜੀ ਹਾਂ, ਦੱਸ ਦਈਏ ਕਿ ਇਹ ਸਾਰੇ ਮਾਮਲੇ ਦਾ ਖੁਲਾਸਾ ਤੇ ਮਾਮਲੇ ਦੀ ਜਾਣਕਾਰੀ ਦਿੱਲੀ NCR ਦੀ ਜਿਹੜੇ ਮਹਿਲਾ ਦੀ ਸੁਰੱਖਿਆ ਦੀ ਪ੍ਰਧਾਨ ਹੈ ਮਾਲਵਿਤਾ ਮਾਲੀਵਾਲ ਦੇ ਵੱਲੋਂ ਇਹ ਮਾਮਲਾ ਸਾਂਝਾ ਕੀਤਾ ਗਿਆ। ਦੱਸ ਦਈਏ ਉਹਨਾਂ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਆ। ਉਹ ਖਾਸ ਤੌਰ ਤੇ ਮਿਲਣ ਗਈ ਸੀ ਪੀੜਿਤ ਪਰਿਵਾਰ ਦੇ ਨਾਲ ਜਿੱਥੇ ਬਜ਼ੁਰਗ ਦੇ ਨਾਲ ਉਹਨਾਂ ਨੇ ਬੈਠ ਕੇ ਦੁੱਖ ਸਾਂਝਾ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਦੁਸ਼ਕਰਮ ਕੀਤਾ ਗਿਆ ਤੇ ਉਹਨਾਂ ਦੇ ਬਾਅਦ ਵਿੱਚ ਬੁੱਲ ਹੀ ਵੜ ਦਿੱਤੇ ਗਏ। ਬੇਹੱਦ ਹੈਰਾਨ ਕਰਨ ਵਾਲਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਭਾਰਤ ਨੂੰ ਕਹਿ ਲਈਏ ਕਿ ਭਾਰਤ ਮਾਂ ਦੇ ਨਾਲ ਜਾਣਿਆ ਜਾਂਦਾ ਹੈ, ਜਿੱਥੇ ਸਭ ਤੋਂ ਜ਼ਿਆਦਾ ਗੁਰੂਆਂ ਪੀਰਾਂ ਨੂੰ ਪੂਜਿਆ ਜਾਂਦਾ, ਪਰ ਉੱਥੇ ਹੀ ਸਭ ਤੋਂ ਜ਼ਿਆਦਾ ਇਨਸਾਨੀਅਤ ਨੂੰ ਹੈਰਾਨ ਕਰਨ ਵਾਲੀ ਘਟਨਾ ਵਾਪਰਦੀ ਹੈ। 85 ਸਾਲਾ ਬਜ਼ੁਰਗ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਦੱਸ ਦਈਏ ਕਿ ਮਾਲਵਿਤਾ ਮਾਲੀਵਾਲ ਨੇ ਟਵੀਟ ਕਰਕੇ ਇਹ ਖਬਰ ਸਾਂਝੀ ਕੀਤੀ ਹੈ। ਉੱਥੇ ਹੀ ਤੁਹਾਨੂੰ ਦੱਸ ਦਈਏ 85 ਸਾਲਾ ਦੀ ਅੰਮਾ ਦੀ ਉਸਦੀ ਚੁੰਗੀ ਦੇ ਵਿੱਚ ਵੜ ਕੇ ਉਸਦੇ ਨਾਲ ਜਬਰ ਜਨਾਹ ਕੀਤਾ ਜਾਂਦਾ ਹੈ। ਬੇਬੇ ਨੂੰ ਮਿਲ ਕੇ ਜ਼ਖਮ ਦੇਖ ਕੇ ਰੂਹ ਤਾਂ ਕੰਬ ਹੀ ਗਈ, ਪਰ 8 ਮਹੀਨੇ ਦੀ ਬੱਚੀ ਜਾਂ 85 ਸਾਲਾਂ ਦੀ ਅੰਮਾ ਸਭ ਹੈਵਾਨੀਅਤ ਦੇ ਸ਼ਿਕਾਰ ਹੋ ਰਹੇ ਨੇ। ਉਹਨਾਂ ਕਿਹਾ ਕਿ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਗ੍ਰਿਫਤਾਰੀ ਦੀ ਮੈਂ ਮੰਗ ਰੱਖੀ ਹੈ। ਉਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਸਵਾਰਤੀ ਮਾਲੀਵਾਲ ਨੇ ਅੱਗੇ ਲਿਖਿਆ ਕਿ ਅੰਬਾ ਦੇ ਹੰਝੂ ਨਹੀਂ ਰੁਕ ਰਹੇ ਸਨ, ਸਾਡਾ ਸਿਸਟਮ ਬਿਲਕੁਲ ਫੇਲ ਹੋ ਚੁੱਕਿਆ ਹੈ, ਕੋਈ ਸੁਰੱਖਿਅਤ ਨਹੀਂ ਹੈ, ਅੱਜ ਅੰਮਾ ਹੈ ਕੱਲ ਤੁਸੀਂ ਹੋ, ਮੈਂ ਵੀ ਹੋ ਸਕਦੀ ਹਾਂ। ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਹੋ ਚੁੱਕੀਆਂ ਨੇ। ਸਵਾਤੀ ਨੇ ਕਿਹਾ 85 ਸਾਲ ਦੀ ਬੇਬੇ ਨੂੰ ਮਿਲ ਕੇ ਹੈਰਾਨ ਰਹਿ ਗਈ, ਉਹਨਾਂ ਨੂੰ ਬਹੁਤ ਸੱਟਾਂ ਲੱਗੀਆਂ ਹੋਈਆਂ ਸਨ, ਬਹੁਤ ਜ਼ਿਆਦਾ ਦਰਦ ਦੇ ਵਿੱਚ ਹੈ, ਬਲੇਡ ਦੇ ਨਾਲ ਦਰਿੰਦਿਆਂ ਨੇ ਉਹਨਾਂ ਦੇ ਬੁੱਲ ਕੱਟ ਦਿੱਤੇ, ਸਰੀਰ ਦੇ ਸਾਰੇ ਅੰਗਾਂ ਉੱਤੇ ਸੱਟਾਂ ਲਗਾ ਦਿੱਤੀਆਂ, ਅੰਦਰੂਨੀ ਵੀ ਕਈ ਸੱਟਾਂ ਲੱਗੀਆਂ ਨੇ। ਕੋਈ ਇਹ ਘਿਨਾਉਣਾ ਕੰਮ ਕਿਵੇਂ ਕਰ ਸਕਦਾ, ਕਿਵੇਂ ਸਾਡੇ ਸਮਾਜ ਨੂੰ ਜਿਉਂਦਾ ਹੀ ਜਲਾ ਰਿਹਾ ਹੈ, ਕਿਸ ਤਰੀਕੇ ਦੇ ਨਾਲ ਸਿਸਟਮ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਕਿਸ ਤਰੀਕੇ ਦੇ ਨਾਲ ਹੈਵਾਨੀਅਤ ਦੀਆਂ ਹੱਦਾਂ ਪਾਰ ਕੀਤੀਆਂ ਜਾ ਰਹੀਆਂ ਨੇ, ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਜਾ ਰਿਹਾ। 85 ਸਾਲਾ ਬਜ਼ੁਰਗ ਨੂੰ ਹਵਸ ਦਾ ਸ਼ਿਕਾਰ ਬਣਾਇਆ, ਉਸ ਤੋਂ ਬਾਅਦ ਬਲੇਡ ਦੇ ਨਾਲ ਉਸਦੇ ਬੁੱਲ ਵੜ ਦਿੱਤੇ ਗਏ। ਇਸ ਤਰੀਕੇ ਦੀਆਂ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਟੀਵੀ NRI ਦੇ ਨਾਲ। ਕੀ ਤੁਸੀਂ ਹਜੇ ਤੱਕ ਆਪਣੇ ਦਿਨ ਦੀ ਸ਼ੁਰੂਆਤ ਕੈਮੀਕਲ ਨਾਲ ਬਣੀ ਹੋਈ ਚਾਹ ਤੋਂ ਕਰ ਰਹੇ ਹੋ ਤੇ ਸਾਰਾ ਦਿਨ ਐਸਿਡਿਕ ਫੀਲ ਕਰ ਰਹੇ ਹੋ? ਨਾ 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 ਨਾ, ਚਾਹ ਨਹੀਂ ਛੱਡਣੀ, ਬਸ ਪਲੈਨਟ ਆਯੁਰਵੇਦਾ ਦੀ ਅਰਜੁਨ ਟੀ ਪੀਣੀ ਹੈ, ਇਹ ਤੁਹਾਡੀ ਸਿਹਤ ਦੀ ਹੈ ਬੈਸਟ ਫਰੈਂਡ। ਅਬ ਘਰ ਬੈਠੇ ਆਨਲਾਈਨ ਕੰਸਲਟੇਸ਼ਨਸ ਕਰੇ ਟੌਪ MD ਆਯੁਰਵੇਦਾ ਸਪੈਸ਼ਲਿਸਟ ਕੇ ਸਾਥ, ਇੰਡੀਆ ਕਾ ਬੈਸਟ ਆਨਲਾਈਨ ਆਯੁਰਵੇਦਿਕ ਕਲੀਨਿਕ, ਔਰ ਪਾਏ ਸਾਰੀ ਆਯੁਰਵੇਦਿਕ ਮੈਡੀਸਿਨਸ ਕੀ ਹੋਮ ਡਿਲੀਵਰੀ ਵਰਲਡ ਵਾਈਡ। ਪ੍ਰੋਬਲਮ ਕੋਈ ਵੀ ਹੋ, ਸੋਲੂਸ਼ਨ ਸਿਰਫ ਇੱਕ, www.planetayurveda.com।